पुलिस जिला खन्ना दे पिंड हेडो विखे शहीद सैनिक की पत्नी का गोदले पुत्र ने किया कतल, पुलिस ने किया काबू। हाँ जी, की नाम है तुम्हारा? मेरा नाम करण सिंह है। करण जी, केड़ा पिंड है? हेडो है। ए की होया सी, अज की घटना हो? ए पिछले 20 साल तो ना साडे पिंड दे विच रह रही है मनजीत कौर। इन्होंने जो लड़का है जसदीप सिंह, इन्हां दे जेठ दा लड़का है, इन्होंने गोद लिया सी। इन्हां दा जो मतलब घर वाला है वह सन 62 दे विच आर्मी सीगे, वह सन 62 दी लड़ाई दे विच चैनल दे खिलाफ शहीद हो गए। ये पिछले 20 साल तो साडे पिंड दे विच जगह लैके मुल ये रह रहे। ये मुंडा आम अपने घरे अमलियां नशे वाले मुंडे बुलाता था, रोज़ आते जाते थे, ये रोज़ कुटमार करता थे। अपनी औरत भी तो कुटमार करी है, पहला वो भी चली गई है, जसबीर कौर राजेवाल की रहने वाली थी, वो टिक्किया की बेटी थी, ये अपनी बेटी की भी कुटमार करता था बहुत ज़्यादा, वो बेटी भी चली गई घर वाली लैगी। ये हूँ भी पिछले तकरीबन 1.5 महीना पहला इन्हों के रिश्तेदार आए थे गढ़ी तो, उन्होंने नाल मैं माई खुद भेजी थी, ये उत्थे महीना रह के आई है, ये जाके उन्होंने 5-4 दिन पहला फिर लाया, लिया के इन्हें परसों भी कुटमार करी है। अज तो इन्हें चाकू नाले वार करता वो थे, वो शाम तकरीबन दोपहरे 11 बजे वो पूरी। कोई पेंशन वगैरह लगी? ये नहीं, पेंशन लगी, इन्हें माता पेंशन मिलती है आर्मी तो, इन्होंने बकायदा जमीन मिली हुई थी, वो भी जमीन से भी ये भाइयों ने रिश्तेदारों ने भी किने किया किने नहीं कह नहीं सकते पक्का। ਇਹਦੀ ਬੁੜੀ ਦੀ ਜ਼ਮੀਨ ਵੀ ਕੋਈ ਹੋਰ ਹੀ ਵੇਚ ਗਿਆ ਵਿਚਾਰੀ ਦੀ ਮਾਈ ਦੀ। ਤੇ ਪੈਨਸ਼ਨ ਕਰਕੇ ਇਹ ਲੈ ਲੈਂਦਾ ਹੋਊਗਾ ਮੁੰਡਾ? ਹਾਂ ਪੈਨਸ਼ਨ ਕਰਕੇ, ਪੈਨਸ਼ਨ ਹੀ ਲੈਂਦਾ ਸੀ, ਆਉਂਦੀ ਸੀ ਪੈਨਸ਼ਨ ਮਾਈ ਦੀ, ਪੈਨਸ਼ਨ ਲੈ ਕੇ ਜਾਂਦੀ ਸੀ, ਪੈਨਸ਼ਨ ਲੈ ਕੇ ਆਉਂਦਾ ਤਾਂ ਰੋਜ਼ ਇਹ ਮਤਲਬ ਮਹੀਨੇ ਬਾਅਦ ਪੈਨਸ਼ਨ ਮਿਲਦੀ ਸੀ, 12-13 ਹਜ਼ਾਰ ਰੁਪਇਆ ਪੈਨਸ਼ਨ ਹੈ, ਇਸੇ ਕਰਕੇ ਆਪਣਾ ਖਰਚਾ ਚਲਾਉਂਦਾ ਸੀ। ਆਮਲੀ ਆਮ ਇਹਦੇ ਕੋਲ ਤਕਰੀਬਨ ਆਉਂਦੇ ਜਾਂਦੇ ਰਹਿੰਦੇ ਸੀ। ਅੱਜ ਵੀ ਇਹਦੇ ਘਰ ਦੀ ਹਾਲਤ ਤੁਸੀਂ ਜਾ ਕੇ ਦੇਖੋ, ਮੈਂ ਦਿਖਾਵਾਂ ਤੁਹਾਨੂੰ ਕਿਤੇ ਵੀ ਕੀ ਕੰਡੀਸ਼ਨ। ਕਿੰਨੇ ਕੁ ਸਾਲ ਦਾ ਇਹ ਮੁੰਡਾ? ਇਹ ਹੋਊਗਾ ਜੀ ਤਕਰੀਬਨ 30 ਸਾਲ ਦਾ। ਅਤੇ ਮਾਤਾ ਦੀ ਉਮਰ? ਮਾਤਾ ਦੀ ਉਮਰ ਹੋਊਗੀ ਤਕਰੀਬਨ 80 ਸਾਲ ਦੀ। ਕੌਣ ਸੀ, ਕਿਹਨੇ ਮਰਡਰ ਕੀਤਾ, ਕੁਛ ਆਇਆ ਸਾਹਮਣੇ? ਭਤੀਜਾ ਸੀਗਾ, ਭਤੀਜੇ ਦਾ ਲੜਕਾ ਗੁਰਜਾਤ ਜਗਦੀਪ ਸਿੰਘ ਉਰਫ ਚੱਕੀ। ਇਹਨੇ ਗੋਦ ਲਿੱਤਾ ਹੋਇਆ ਸੀ ਜੀ? ਹਾਂ, ਗੋਦ ਲਿੱਤਾ ਸੀ। ਅਤੇ ਇਹ ਕੋਈ ਪੈਨਸ਼ਨ ਲੱਗੀ ਹੋਈ ਸੀ? ਇਹਨਾਂ ਦੇ ਫਾਦਰ ਸਾਹਿਬ ਕੀ ਕਰਦੇ ਸੀ, ਕਿਹਨੇ ਗੋਦ ਲਿੱਤਾ ਸੀ? ਇਹਨਾਂ ਦੇ ਹਸਬੈਂਡ? ਹਸਬੈਂਡ ਉਹਦੇ ਆਰਮੀ ਡਿਊਟੀ ਕਰਦੇ ਸੀ। ਮੌਕੇ 'ਤੇ ਪਤਾਉਂਦੇ ਸੱਜਣਾ ਦੱਸਿਆ ਵੀ ਉਹ ਜਿਹੜੀ ਚਾਈਨਾ ਵਾਰ ਹੋਈ ਸੀ ਆਪਣੇ 1965 ਦੇ ਵਿੱਚ, ਉਹਦੇ ਵਿੱਚ ਸ਼ਹੀਦ ਹੋਏ ਸੀ। ਇਹਨਾਂ ਨੂੰ ਪੈਨਸ਼ਨ ਲੱਗੀ ਹੋਈ ਸੀ ਕੋਈ? ਦੱਸਿਆ ਪੈਨਸ਼ਨ ਕਰਾਉਂਦੇ ਜਿਹੜੇ ਪੈਨਸ਼ਨ ਲੱਗੀ। ਅਤੇ ਅਰੈਸਟ ਪਾ ਲਿਆ ਗਿਆ ਉਹਨਾਂ ਦਾ ਜਿਹੜਾ ਬੇਟਾ ਗੋਦ ਲਿੱਤਾ ਹੋਇਆ ਸੀ ਕੋਈ? ਹਾਂਜੀ। ਕਿੱਥੋਂ ਅਰੈਸਟ ਕੀਤਾ? ਇਹ ਹੈਡੋ ਪਿੰਡ ਦੇ ਇਲਾਕੇ ਦੇ ਵਿੱਚੋਂ ਹੀ ਮਿਲ ਗਿਆ ਸੀਗਾ, ਪਹਿਲੇ ਮਹਿਕਮ ਦੇ ਕਿਤੇ ਪੁਰਾਣੇ। ਕਿਹੜੀ ਜਾਤੀ ਨਾਲ ਇਹ ਸੰਬੰਧ ਰੱਖਦੇ? ਇਹ ਨਸ਼ਾ ਵਗੈਰਾ ਕੋਈ ਕਰਦਾ ਸੀਗਾ ਜੀ ਮੁੰਡਾ? ਇਸ ਤਰ੍ਹਾਂ ਸਾਹਮਣੇ ਆਉਂਦਾ ਸੀਗਾ, ਹੁਣ ਸਾਰਾ ਗੱਲ ਕਲੀਅਰ ਹੋ ਜੂ, ਕਰਦਾ ਸੀ ਕਹਿੰਦਾ ਮੈਡੀਕਲ ਚੈੱਕਅਪ ਕਰਾਇਆ ਜਾਂ ਦਵਾਈ ਕਰਕੇ।